ਸਸਿਕਾਲ ਜੀ ਕੈਰੀਅਰ ਓਵਰਸੀਜ਼ ਤੁਹਾਡੇ ਵਾਸਤੇ ਲੈ ਕੇ ਆਇਆ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰੋਗਰਾਮ ਜਿੰਦੇ ਤੁਹਾਡੇ 6 ਜਾਂ 6.5 ਬੈਂਡ ਹੈ ਜਾਂ ਕੋਈ ਰਿਜੈਕਸ਼ਨ ਵੀ ਹੈ ਨਾ ਇੱਕ ਵਾਰ ਪਲੀਜ਼ ਫ੍ਰੀ ਆਫ ਕੋਸਟ ਸਾਡੇ ਤੋਂ ਕਾਉਂਸਲਿੰਗ ਲੈ ਕੇ ਜਾਇਆ ਜੇ ਘਬਰਾਉਣ ਦੀ ਕੋਈ ਲੋੜ ਨਹੀਂ ਔਰ ਕੈਰੀਅਰ ਓਵਰਸੀਜ਼ ਇਹ ਵੀ ਨਹੀਂ ਕਹੇਗਾ ਵੀ ਤੁਸੀਂ ਸਾਡੇ ਤੋਂ ਹੀ ਅਪਲਾਈ ਕਰੋ ਫਲਾਣਾ ਕੰਸਲਟੈਂਟ ਬੇਕਾਰ ਹੈ ਟਿਮਕਾਣਾ ਨਹੀਂ ਆਪਾਂ ਸਿਰਫ ਇਹ ਦੇਖਣਾ ਵੀ ਤੁਹਾਡੀ ਫਾਈਲ 'ਚ ਕੀ ਕਮੀ ਰਹੀ ਆਪਾਂ ਕਿੱਦਾਂ ਦੁਬਾਰਾ ਵੀਜ਼ਾ ਕੈਨੇਡਾ ਦਾ ਲੈ ਸਕਦੇ ਹਾਂ ਔਰ ਫਰੈਸ਼ ਜਿਹੜੇ ਬੱਚੇ ਪਾਸ ਆਊਟ ਹੈ 2021 ਜਾਂ 22 ਦੇ ਜਿਨ੍ਹਾਂ ਦੇ ਬੈਂਡ ਘੱਟ ਆਏ ਨੇ ਜਾਂ ਸੋਚਦੇ ਨੇ ਮੈਂ ਕੈਨੇਡਾ ਹੀ ਜਾਣਾ ਤੇ ਇੱਕ ਵਾਰ ਸਾਡੇ ਤੋਂ ਫ੍ਰੀ ਆਫ ਕੋਸਟ ਕਰੀਅਰ ਓਵਰਸੀਜ਼ ਸਹੀ ਤੇ ਸੱਚੀ ਸਲਾਹ ਚੰਡੀਗੜ੍ਹ ਆ ਕੇ ਮਿਲਿਆ ਜੇ ਪੇਰੈਂਟਸ ਨਾਲ ਬਾਕੀਆਂ ਨਾਲੋਂ ਕੰਸਲਟੈਂਸੀ ਹੈ ਜਿਹੜੀ ਇੱਕ ਤਾਂ ਚੰਗੀ ਡਿਟੇਲ ਨਾਲ ਦਿੱਤੀ ਜਾਏਗੀ ਐਜ਼ ਏ ਐਂ ਲੱਗਿਆ ਜਾਏਗਾ ਵੀ ਸਾਡੀ ਇੱਕ ਫੈਮਿਲੀ ਹੈਗੀ ਹੈ ਔਰ 5.5 ਜਾਂ 6 ਬੈਂਡ ਤੇ ਵੀ ਤੁਹਾਨੂੰ ਬੈਟਰ ਪ੍ਰੋਸਪੈਕਟ ਸੇਮ ਕੰਟਰੀ ਚ ਦਿੱਤੇ ਜਾਣਗੇ ਇਸ ਵਾਸਤੇ ਜੇ ਤੁਸੀਂ ਕੋਈ ਵੀ ਚੀਜ਼ ਪੁੱਛਣਾ ਚਾਹੁੰਦੇ ਹੋ ਰਿਜੈਕਸ਼ਨ ਬਾਰੇ ਟੂਰਿਸਟ ਵੀਜ਼ਾ ਬਾਰੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਸਾਨੂੰ ਇੱਕ ਵਾਰ ਆ ਕੇ ਜ਼ਰੂਰ ਮਿਲਿਆ ਜੀ ਸਤਿ ਸ਼੍ਰੀ ਅਕਾਲ